ਇੱਕ ਕਤਰਾ ਸਮੁੰਦਰ ਬਣਾ ਸਕਾਂ। ਖੁਦਾ ਜੇ ਤੂੰ ਜਾਣੇ ਕਿ ਲੱਗੀ ਆ ਦੇਰ ਕਿਹੜੀ, ਉਹ ਕਤਰੇ ਵਿੱਚ ਸਮੁੰਦਰ ਸਮਾ ਸਕਾਂ। ਮਖਲੂਕ ਤਖਲੀਕ ਤੇਰੀ, ਉਹ ਜਿਹੜੇ ਚਾਹੇ ਤੂੰ ਅਮਲ ਕਰਾ ਸਕੇ, ਉਹ ਜੇ ਤੂੰ ਚਾਹੇ ਅਮਰ ਕਾਇਨਾ ਸਾਰੀ।
ਕਲਮਾਂ ਲਾ ਕੇ ਤਕਦੀਰਾਂ ਵਿੱਚ ਦੱਸ ਕੇ ਗਏ ਕਲਮ ਪੜੀਦੇ ਹੋਏ। ਪਰ ਤਕਦੀਰ ਇਨਸਾਨ ਕੀ ਖੁਦ ਪਹਿਚਾਣ ਕਰਾਣੀ ਆਪਣੀ, ਉਹ ਪਹਿਚਾਣ ਕਿਸ ਤਰ੍ਹਾਂ ਕਰਾਣੀ ਕਿ ਅਗਰ ਬੁਰਾ ਕੰਮ ਕਰਸੋ ਜ਼ਮੀਰ ਤੁਸੀਂ ਮਲਾਮਤ ਕਰਸੀ, ਤੁਸਾਂ ਨੇਕੀ ਨਹੀਂ ਆਸ ਨਹੀਂ ਰੱਖੀ ਸਕਦੇ ਜਾਂ ਉਸਨੇ ਚੰਗਾ ਫਲ ਤੁਸੀਂ ਨਹੀਂ ਮਿਲ ਰਿਹਾ, ਤਾਂ ਜਿਸ ਤਰ੍ਹਾਂ ਕਿਸੇ ਨਾਲ ਚੰਗਿਆਈ ਕਰਸੋ ਤਾਂ ਜ਼ਮੀਰ ਤੁਹਾਨੂੰ ਮੁਤਮਿਨ ਹੋ ਸੀ, ਉਹ ਤੁਹਾਡੀ ਤਕਦੀਰ ਹੈ। ਆਵਾਜ਼ ਦਿੱਤੀ ਦੱਸਦੇ ਲਓ ਪਰ ਆਲਮ ਤਕਦੀਰ ਮੇਰੀ, ਤੇਰੇ ਕਿਤਾਬਾਂ ਵੀ ਬੜੇ ਰਹੇ, ਦੱਸਦੇ ਲਓ ਪਰ ਆਲਮ ਤਕਦੀਰ ਮੇਰੀ ਜਿਸ ਦਾ Thank you.
ਅਦਾ ਛੱਡਣਾ ਅਰਸ਼ ਨੂੰ ਬੇਸ਼ੱਕ ਬੁੱਤ ਬਣਿਆ ਦਿਖਾ ਬਾਦਮ ਹੈ ਪਰ ਸੋਚ ਕੇ
ਗਾਲੀਆ ਸਾਈ ਸਾਬਰਾਂ ਨਹੀਂ ਦਿੱਤੇ। ਆਖੇ ਇਨਸਾਨ ਅਗਰ ਆਪਣੇ ਆਪ ਨੂੰ ਮਾਰਸੇ ਨਾ, ਆਪਣੀ ਨਫਸਿਆਤੀ ਭਾਸ਼ਾ ਨਾ ਛੋੜਤੇ, ਜਦ ਤੱਕ ਉਸਨੇ ਯਾਦ ਵਿੱਚ ਪੈਵਸਤ ਨਾ ਹੋਸੇ, ਤਾਂ ਤੈਨੂੰ ਕੋਈ ਰਾਹ ਨਹੀਂ ਮਿਲਣ ਲੱਗਾ। ਆਖਿਆ ਲਾ ਲਾਲ ਮੈਂ ਸੋਚ ਕੇ ਤੇ ਮਾਲਾ ਲਾਲ ਗਲੂ ਲਾ ਦੇ ਤੂੰ, ਇਲਾ ਇਸ ਬਾਤ ਇਸ ਬਾਤ ਲੱਭ ਲੈ, ਹਰ ਫਲਾ ਨਫੀ ਦੇ ਮਟਾ ਦੇ ਤੂੰ, ਜਦ ਕਿ ਲਾਇਆ ਵੀ ਖੋ ਬੁਨਿਆਦ ਤੇਰੀ, ਮਗਰ ਪਿਆਈ ਸੁਹਾ ਦੇ ਤੂੰ, ਦਿਲ ਦਾ ਇਨਾ ਸਾਫ ਕਰ ਜੇ ਵੇਖਣਾ ਏ, ਉਹ ਤਾਜ਼ਾ ਨੂੰ ਬਾਗਾਂ ਦੇ ਖਾਈਆਂ ਹੋਰ ਨਸੀਹਤ ਨਾ ਛੇੜ ਮੈਨੂੰ, ਨਸੀਹਤ ਕਰਨ ਵਾਲੇ ਨਾ ਸੇ ਛੋੜ, ਨਸੀਹਤ ਨਾ ਛੇੜ ਮੈਨੂੰ, ਸਾਬਿਰਾਨੀ ਲਿਖਣੇ ਆਏ ਆ ਇਨਸਾਨ, ਅੱਲਾ ਪਾਕ ਨੇ ਤੇਰੀ ਤਖਲੀਕ ਕਿਸੇ ਕਿਸੇ ਹੋਰ ਮਕਸਦ ਵਾਸਤੇ ਦੁਨੀਆ ਬਣਾਇਆ, ਤੇ ਬੜੀਆਂ ਝੂਠੀਆਂ ਤੇ ਬੁਰੀਆਂ ਕਮਾਈ ਮੁਬਤਲਾ ਹੋ ਗਈਆਂ, ਇਹਨਾਂ ਸੋਚੀ ਆਈ ਮੇਰੇ ਆਉਣ ਦਾ ਮਕਸਦ ਕਿਹਾ ਤੇ ਮੇਰਾ ਜਾਣ ਦਾ ਮਕਸਦ ਕਿਹਾ। ਆਖਿਆ ਖੂਬ ਤੂੰ ਵਾਦੇ ਵਫਾ ਕਰਨਾ, ਖੂਬ ਤੂੰ ਵਾਦੇ ਵਫਾ ਕਰਨਾ, ਜਿਹੜੇ
ਮਾਈ ਦੀ ਮੰਗਲ ਕਰਦੇ ਬੇਵਫਾਈ ਦੀ ਮੰਗਲ ਕਰਦੇ ਰਸਤੇ ਛੋੜ ਕੇ ਮੇਰੋ ਵਫਾ ਦੇ ਐਸੀ ਸਦੀਆਂ ਦੇ ਕੇ ਸਾਈ ਉਹ ਸਾਰੇ ਹਮ ਸਦੀ ਸੰਗੇ ਹੋਏ ਮਾਰੇ ਰਾਜਾ ਦੋ ਚਾਰ ਛੇ ਅੱਲਾ ਦੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਅਸਰ ਉਸ ਤੋਂ ਬਾਅਦ ਸੰਗੀਆਂ ਦੋਸਤਾਂ ਨੇ ਕਿਹਾ ਕਿ ਇਹ ਇਸਮਾਇਲ ਜ਼ਬੀਉੱਲਾ ਨੇ ਲੜੀ ਚੂ ਆਖਰੀ ਔਰ ਇੱਕ ਹੀ ਨਬੀ ਸਨ। ਇਸਮਾਇਲ ਜ਼ਬੀਉੱਲਾ ਨੇ ਲੜੀ ਚੂ ਨਾ ਕੋਈ ਹੋਰ ਇਸ ਤੋਂ ਪਹਿਲਾਂ ਨਬੀ ਸੀ ਨਾ ਕੋਈ ਬਾਅਦ ਵਿੱਚ ਆਇਆ। ਸਾਢੇ ਪੰਜ ਤੋਲੇ ਛੇ ਸੌ ਸਾਲ ਲਗਾਏ ਦੌਰਾਨ ਪੀਰੀਅਡ ਗੁਜ਼ਰਿਆ ਹਜ਼ਰਤ ਈਸਾ ਰੂਲਾ ਤੋਂ ਬਾਅਦ। ਇਸ ਦੌਰਾਨ ਹੀ ਇਸੇ ਨੇ ਗੱਲ ਕੀਤੀ ਕੈਸਾ ਦੋਸਤੋ ਰੇ ਗਜ਼ਾਰੇ ਅਰਬ ਦੇ ਮੁੱਦ ਤੱਕ ਰੇ ਗਜ਼ਾਰੇ ਅਰਬ ਦੇ ਮੁੱਦ ਤੱਕ ਰਹਿਮਤ ਨਾ ਭੁੱਲਦਾ ਹੋਇਆ